ਸਾਡੀ ਅੱਗ ਤੱਕਣੀ ਉਹ ਪਿਆਲੇ ਤਿਆਰ ਹੋਣੀ ਆ ਪੀ ਮੁੰਡੀ ਸਾਰੀ ਗਲਸੀ ਡੈਮ ਕੇਵ ਹਾਊਸ ਨੇ ਕਿਤਨੇ ਕਰੀਬ ਹੈ ਜਨਾਬ ਆਈ ਜੋ ਅਸੀਂ ਭਾਰੀ ਹੈ ਲੇਕਿਨ ਕੋਈ ਮਸਲਾ ਨਹੀਂ ਹੈ ਚਾਹਣ ਜਾਸੀ ਬਹੁਤ ਹੀ ਬਿਹਤਰੀਨ ਅੰਦਾਜ਼ ਵਿੱਚ ਹੁਣ ਪਹਿਲੇ ਬਾਲਣ ਤਿਆਰ ਕਰਨੇ ਆ ਸ਼ਦੀਦ ਜਿਸ ਪਤਾ ਕਿ ਬਾਰਿਸ਼ਾਂ ਦਾ ਸਿਲਸਿਲਾ ਜਾਰੀ ਰਿਹਾ ਵੈ ਉਸ ਹਵਾਲੇ ਨਾਲ ਡੈਮ ਇਤਨਾ ਜ਼ਿਆਦਾ ਕੇਵ ਹਾਊਸ ਨੇ ਕਲੋਜ਼ ਆਈ ਗਿਆ ਕਿ ਕੇਵ ਹਾਊਸ ਲੱਗਣਾ ਵੈ ਕਿ 4-5 ਦਿਹਾੜਿਆਂ ਨੀ ਹੋਰ ਮਜ਼ੀਦ ਕਿਆ ਸਨ ਰਹੀ ਗਏ ਸਾਰੀ ਤੇ ਉਸ ਤੋਂ ਪਹਿਲੇ ਪਹਿਲੇ ਜਿਹੜਾ ਵਾ ਨਾ ਇੱਥੇ ਜਿਹੜੇ ਮੈਂ ਵਲੋਗਸ ਬਣਾਉਣੇ ਨਾ ਉਹ ਜਲਦੀ ਜਲਦੀ ਬਣਾਈ ਕੇ ਨਾ ਮਾਸ਼ਾਅੱਲਾ ਨੇ ਨਾਲ ਇਨਸ਼ਾਅੱਲਾ ਤੇ ਅੱਜ ਨਾ ਜਿਹੜਾ ਸਾਡਾ ਵਲੋਗ ਹੈ ਨਾ ਬੜਾ ਹੀ ਖੂਬਸੂਰਤ ਵਲੋਗ ਹੈ ਜਨਾਬ ਅੱਜ ਅਸੀਂ ਦੁਬਾਰਾ ਇੱਥੇ ਕੁਕਿੰਗ ਕਰਨਾ ਚਾਹੁੰਦੇ ਹਾਂ ਤੰਦੂਰਾਂ ਦੇ ਵਿੱਚ ਜਨਾਬ ਵਾਲਾ ਸਵਾਗੀ ਦੱਸਾਂ ਕਿ ਚਿਕਨ ਕੀ ਕਿਸ ਤਰ੍ਹਾਂ ਪਕਾਸਾਂ ਯਾਨੀ ਕਿ ਮੁਰਗੇ ਜਨਾਬ ਵਾਲਾ ਔਰ ਮੁਰਗਿਆਂ ਦੇ ਨਾਲ ਹੋਰ ਕਿਆ ਉਸੀ ਖਾਣੇ ਪੀਣੇ ਵਾਸਤੇ ਸ਼ਾਮ ਨਾਲ ਇਹ ਵਲੋਗ ਉਸੀ ਹੁਣ ਅਸੀਂ ਸਟਾਰਟਿੰਗ ਕਰਨ ਲਿਆ ਦੋ ਨਾ ਟਾਈਮ ਹੈ ਤਾਂ ਆਸਤਾ ਆਸਤਾ ਸ਼ਾਮ ਹੋਈ ਜਾ ਸੀ ਅੱਜ ਤੱਕ ਉਹ ਕਿ ਜਨਾਬ ਵਾਲਾ ਅੱਗੇ ਤਾਂ ਮੈਂ ਮੱਛੀ ਦੱਸੀ ਹੈ ਨਾ ਹੁਣ ਤੁਸੀਂ ਅੱਗੇ ਚਿਕਨ ਦੱਸਾਂ ਇੱਥੇ ਅੱਜ ਤਿਆਰ ਕਰੀ ਗਿਆ ਔਰ ਨਾਲ ਚਾਹ ਵੀ ਉਹ ਸੀ ਲੇਕਿਨ ਸ਼ਾਮ ਤੱਕ ਤੁਸਾਂ ਜਿਹੜਾ ਵੈ ਨਾ ਤਕਸੋ ਇਹ ਬੜਾ ਖੂਬਸੂਰਤ ਜਿਹਾ ਮਾਹੌਲ ਜਿਹੜਾ ਵੈ ਨਾ ਜਾਂ ਇਹ ਕੁਕਿੰਗ ਸ਼ਾਮ ਨੇ ਕਰੀਬ ਕਰੀਬ ਤਿਆਰ ਹੋ ਸੀ ਤਾਂ ਆਓ ਜਨਾਬ ਤੇ ਅੱਲਾ ਕੀ ਯਾਦ ਕਰੀ ਗਿਆ ਇਸ ਵਲੋਗ ਨੇ ਜਨਾਬ ਵਾਲਾ ਸਟਾਰਟਿੰਗ ਕਰਨੇ ਆ ਤੁਸੀਂ ਪਹਿਲੇ ਜੁਲੀ ਕਿਆ ਦੱਸਣੇ ਆ ਗਿਆ ਇਸ ਲਈ ਡੈਮ ਕੇਵ ਆ ਉਸ ਨੇ ਕਿਤਨੇ ਕਰੀਬ ਹੈ ਜਨਾਬ ਆਈ ਜੋ ਜਿਸਾ ਕਿ ਤੁਹਾਨੂੰ ਕੀ ਪਤਾ ਵਾ ਕਿ ਇਹ ਸਾਡੀ ਜਿਹੜਾ ਨਾ ਇਹ ਕੇਵ ਹਾਊਸ ਹੈ ਇਹਦਾ ਇਹ ਕੇਵ ਹਾਊਸ ਹੈ ਜਨਾਬ ਤੇ ਇਹ ਪੌੜੀਆਂ ਢੱਲੀਆਂ ਸਾਡੀਆਂ ਥੱਲੇ ਤੱਕਣੇ ਉਸ ਇੱਥੋਂ ਅਗਰ ਢੱਲੀ ਕਿਆ ਸਾ ਜੁਲਾਂ ਤਾਂ ਤੁਹਾਨੂੰ ਕੀ ਦੱਸਣੇ ਆ ਕਿ ਡੈਮ ਇਸ ਲੈ ਕੁੱਥੇ ਹੈ ਇਹ ਤੱਕਣੇ ਉਸ ਬਿਲਕੁਲ ਕੇਵ ਹਾਊਸ ਨੇ ਮੂੰਹ ਹੈ ਗਿਆ ਜਨਾਬ ਵਾਲਾ ਡੈਮ ਆਈ ਗਿਆ ਤਾਂ ਬਸ ਜਿਹੜੀ ਇਹ 15-20 ਫੁੱਟ ਨੀ ਹਾਈਟ ਹੈ ਨਾ ਇਹ ਵੀ ਮਾੜੇ ਖਿਆਲ ਹੁਣ ਜ਼ਿਆਦਾ ਟਾਈਮ ਨਹੀਂ ਲੱਗਣ ਲਾ ਬਹਰਹਾਲ ਜਿਤਨੇ ਦਿਹਾੜੇ ਇੱਥੇ ਹੈ ਵੈ ਇਤਨੇ ਦਿਹਾੜੇ 'ਚ ਅਸਾਂ ਆਪਣੇ ਜਿਹੜੇ ਨਾ ਅਮੇਜ਼ਿੰਗ ਵਲੋਗਸ ਉਹ ਕ੍ਰੀਏਟ ਕਰ ਸਾਂ ਤਾਂ ਕਿ ਜਿਹੜੀ ਆ ਨਾ ਗਾਰਿਆਂ ਦੀ ਇੱਕ ਖੂਬਸੂਰਤ ਯਾਦ ਹੈ ਜਿਹੜੀ ਇੱਕ ਕੈਮਰੇ ਨੇ ਆਖਿਰ ਮਹਿਫੂਜ਼ ਹੋਈ ਹੈ ਔਰ ਫਿਰ ਅਗਲੇ ਸਾਲ ਪਤਾ ਨਹੀਂ ਕੌਣ ਜ਼ਿੰਦਾ ਉਸੀ ਕੌਣ ਨਹੀਂ ਆਉਣ ਲਾ ਜਨਾਬ ਅੱਜ ਅਸਾਂ ਕਿ ਜ਼ਿਆਦਾ ਦੂਰ ਨਹੀਂ ਜਾਣਾ ਪੈਣਾ ਬਾਲਣ ਇਕੱਠਾ ਕਰਨ ਵਾਸਤੇ ਇਹ ਗੇਲੀ ਆਈ ਵੀ ਹੈ ਦਿਆਰਿਆਂ ਨਹੀਂ ਗੇਲੀ ਇਸੀ ਚਾਹਣੇ ਇਹ ਕਾਫੀ ਭਾਰੀ ਹੈ ਲੇਕਿਨ ਕੋਈ ਮਸਲਾ ਨਹੀਂ ਹੈ ਚਾਹਣ ਜਾਸੀ ਇਸ ਨਾਲ ਵਜ਼ਨ ਉਸੀ ਕੋਈ 3-4 ਮਣ ਕੋਈ 30 ਕਿਲੋ ਤੇ ਚਲੋ ਆਓ ਹਾਂ ਅੱਜ ਇਸਾ ਕੀ ਚੀਰਨੇ ਆ ਸਾਡੇ ਕੈਮਰਾਮੈਨ ਬਗੜੂ ਸਾਹਿਬ ਹੁਣ ਉਹ ਸੁਣੇ ਪਏ 3-4 ਮਣਾਂ ਨਾ ਨਾ ਸੁਣੀ ਗਿਆ ਇਸ ਕੀ ਆਣਾ ਜਨਾਬ ਵਾਲਾ ਦੇਵਦਾਰ ਸਭ ਤੋਂ ਮਹਿੰਗੀ ਸਭ ਤੋਂ ਮਸ਼ਹੂਰ ਲੱਕੜ ਜਿਹੜੀ ਫਰਨੀਚਰ 'ਚ ਇਸਤੇਮਾਲ ਹੋਣੀ ਹੈ ਖੈਰ ਇਹ ਨਿੱਕੀਆਂ ਮੋਟੀਆਂ ਗੇਲੀਆਂ ਜਿਹੜੀਆਂ ਨਾ ਕਿਹਾ ਕਿ ਡੈਮ 'ਚ ਹੁਣ ਫਲੱਡ ਇੱਕ ਕਿਸਮ ਨਾਲ ਆਇਆ ਬਹੁਤ ਜ਼ਿਆਦਾ ਪਾਣੀ ਉੱਪਰੋਂ ਆਇਆ ਪਹਾੜਾਂ 'ਚੋਂ ਤਾਂ ਇਹ ਲੱਕੜ ਆਈ ਗਈ ਹੈ ਇਸ ਕੀ ਚੀਰਸਾ ਨਾ ਤਾਂ ਅੱਗ ਇਸ ਤਰ੍ਹਾਂ ਪੈਸੀ ਜਿਸ ਤਰ੍ਹਾਂ ਪੈਟਰੋਲ ਲੈ ਕੇ ਪੈਣੀ ਹੈ ਜਨਾਬ ਹੁਣ ਪਹਿਲੇ ਬਾਲਣ ਤਿਆਰ ਕਰਨੇ ਆ ਨਾ ਫਿਰ ਜਨਾਬ ਵਾਲਾ ਅੱਗ ਬਲਸੀ ਇਹ ਤਾਂ ਇਹ ਸਿੱਝੀ ਵੀ ਹੈ ਲੇਕਿਨ ਲੱਕੜ ਬਹੁਤ ਜ਼ਬਰਦਸਤ ਹੈ
ਟੇਬਲ ਸਾਡਾ ਤਿਆਰ ਹੋ ਗਿਆ ਤੱਕੋ ਹਾਂ ਜ਼ਬਰਦਸਤ ਅੰਦਾਜ਼ ਵਿੱਚ ਮਾਸ਼ਾਅੱਲਾ ਜੀ ਲੱਕੜ ਸਾਰੀ ਤੱਕਣੀ ਉਹ ਸੋਚੀ ਰਨ ਗਈ ਹੈ ਤਾਂ ਹੁਣ ਜਿਹੜਾ ਵੈ ਨਾ ਇਸ ਕੀ ਇੱਧਰ ਤੰਦੂਰਾਂ ਦੇ ਵਿੱਚ ਸੱਟ ਸਾ ਤਾਂ ਫਿਰ ਅੱਗ ਲਾ ਸਾਸ ਇਹ ਲੱਕੜ ਸਮਝੋ ਫਿਊਲ ਹੈ ਫਿਊਲ ਇੱਕਦਮ ਅੱਗ ਲੱਗੀ ਜਾ ਸੀ ਉੱਪਰ ਰੱਖ ਸਨ ਦੂਈ ਹੈ ਨਾ ਇਹ ਮਾਸ਼ਾਅੱਲਾ ਨਾਲ ਤੱਕਣੇ ਉਹ ਸੋ ਚੱਲੀ ਪਈ ਹੈ ਇਹ ਥੋੜ੍ਹੀ ਲੱਕੜੀ ਕੀ ਪੇਸੀ ਫਿਰ ਇਹ ਪੂਰਾ ਮੁੰਡੀ ਚਾਹੀਦਾ ਸਾਂ ਵਿੱਚ ਰੱਖ ਸਾਂ ਜਿਹੜੀ ਅਸਲ ਲੱਕੜ ਹੈ ਨਾ ਜਿਸ ਕੀ ਪਲਾਈ ਨਹੀਂ ਲੱਕੜ ਆਖਣੇ ਉਹ ਇਹ ਲਈ ਇਹ ਵਿੱਚ ਇਸੇ ਰੱਖ ਸਾਂ ਇਸ ਨੇ ਅੰਗਾਰ ਤਿਆਰ ਹੋਣੇ ਕੀ ਤਕਰੀਬਨ 2 ਘੰਟੇ ਲੱਗੀ ਜਾ ਸਣਾ ਸਾਂ ਨੇ ਇਹ ਦਾ ਹੁਣ ਸੜ ਸੀ ਤਾਂ ਹੀ ਜਾਨ ਛੁੱਟ ਸੀ ਇੱਥੇ ਲਓ ਜੀ ਜਨਾਬ ਦੋਏ ਕੁੱਕੜ ਟੀ ਗਏ ਨੇ ਟੇਬਲੇ ਉੱਪਰ ਮਾਸ਼ਾਅੱਲਾ ਆਹ ਟੇਬਲਿਆਂ ਨੇ ਕਮਾਲ ਅੱਲਾ ਨੇ ਫਜ਼ਲੋ ਕਰਮ ਨਾਲ ਪਤਾ ਲੱਗ ਸਣ ਕੇ ਕਹਿਣ ਇਹ ਜੇ ਓਪਨ ਮਾਹੌਲ ਵਿੱਚ ਇਤਨੀ ਖੂਬਸੂਰਤ ਕੁਕਿੰਗ ਤੁਸਾਂ ਇਸ ਤੋਂ ਪਹਿਲੇ ਨਹੀਂ ਤੱਕੀ ਹੋਣ ਲਈ ਜਿਹੜੀ ਤੁਸਾਂ ਅੱਜ ਜਨਾਬ ਵਾਲਾ ਤੱਕਸੋ ਤਾਂ ਇਹਨਾਂ ਕੀ ਆ ਛੋੜਿਆ ਰੱਖੀ ਟੇਬਲੇ ਪਰ ਹੁਣ ਟਾਈਮ ਆਈ ਗਿਆ ਵੈ ਕਿ ਅੱਗ ਸਾਡੀ 2 ਘੰਟੇ ਪੱਕੇ ਸੀ ਅਤੇ ਸ਼ਾਮ ਤੱਕ ਇਨਸ਼ਾਅੱਲਾ ਅੱਗ ਤਿਆਰ ਹੋਈ ਜਾ ਸੀ ਤਾਂ ਅਸਾਂ ਜਿਹੜਾ ਨਾ ਇਹਨਾਂ ਕੀ ਮਸਾਲੇ ਲਾਈ ਛੋੜਾਂ ਤਾਂ ਉਹ ਕਿਹਾ ਉਸ ਕੀ ਆਣਨ ਪਤਾ ਨਹੀਂ ਮਸਾਲੇ ਲਾਉਣ ਤੋਂ ਬਾਅਦ ਮੈਗਾਨੇਟ ਕੇ ਪਤਾ ਨਹੀਂ ਮਰੀਨੇਟ ਕੋਈ ਇਹੋ ਜਿਹਾ ਲਫ਼ਜ਼ ਹੈ ਹੁਣ ਮੈਂ ਕੀ ਨਹੀਂ ਉਹ ਪਿਆਛਣ ਲੱਗੇ ਆ ਤਾਂ ਜਨਾਬ ਸਾਦੇ ਲਫ਼ਜ਼ਾਂ 'ਚ ਅਗਰ ਆਹਾਂ ਤਾਂ ਮਸਾਲਾ ਲਾਈ ਨਹੀਂ ਛੋੜਦੇ ਸਾਂ ਸਿੰਪਲ ਐਂਡ ਈਜ਼ੀ ਵੇ ਐਕਸਪਲੇਨ ਤੁਸੀਂ ਕਰਨ ਲੱਗੇ ਆਵਾਂ ਤਾਂ ਉਸ ਤੋਂ ਬਾਅਦ ਇਹ 2 ਘੰਟੇ ਮਸਾਲਾ ਲੱਗਾ ਰਹੇ ਸੀ ਅਤੇ ਮਸਾਲਾ ਚੰਗਾ ਆਪਣਾ ਜਿਹੜਾ ਨਾ ਅਸਰ ਇਹਨਾਂ ਨੇ ਵਿੱਚ ਇਨ ਸੀ ਹੁਣ ਜਿਹੜਾ ਨਾ ਅਸੀਂ ਨਿੱਕੇ ਨਿੱਕੇ ਜਿਹੜਾ ਨਾ ਕੱਟ ਲਾ ਸਾਂ ਇਹ ਤੱਕ ਹਾਂ ਕੱਟ ਵੀ ਐਸੇ ਜਿਹੜੇ ਡੀਪ ਕੱਟ ਹੋ ਸਨ ਤਾਂ ਕਿ ਮਸਾਲਾ ਜਿਹੜਾ ਨਾ ਸਹੀ ਅਸਰ ਕਰੇ ਔਰ ਸਹੀ ਮਾਸ਼ਾਅੱਲਾ ਨਾਲ ਜਿਹੜਾ ਨਾ ਮੁਰਗਾ ਪੱਕੇ ਦਵਾਂ ਸਾਡੂ ਇਸੇ ਕੱਟ ਲਾ ਸਾਂ ਹੁਣ ਇੱਥੇ ਰਹੀ ਗਿਆ ਵਾ ਬੱਕਰਾ ਪਕਾਉਣੇ ਜੋ ਆ ਇਨਸ਼ਾਅੱਲਾ ਅੱਲਾ ਖੈਰ ਕੀਤੀ ਤਾਂ ਉਹ ਵੀ ਮੈਂ ਪਕਾਈ ਕੇ ਆਪਣੀ ਜਿਹੜਾ ਨਾ ਅਰਮਾਨ ਪੂਰੇ ਕਰਨੇ ਜਨਾਬ ਤੱਕ ਉਹ ਕਿਤਨੇ ਸੋਹਣੇ ਕੱਟ ਲੱਗੀ ਗਏ ਤਾਂ ਹੁਣ ਇਸ ਦੂਏ ਕਿ ਬਲਕਿ ਇਸ ਕੀ ਪਹਿਲੇ ਲੈਗਸ ਵਗੈਰਾ ਕੀ ਨਿੱਕੇ ਨਿੱਕੇ ਕੱਟ ਲਾਈ ਨਾ ਹੋਰ ਜਨਾਬੇ ਵਾਲਾ ਹੈਂਡਮੇਡ ਜਿਹੜਾ ਨਾ ਮਸਾਲਾ ਉਹ ਆਉਂਦੇ ਆਵੇ ਤਾਂ ਇਹਨਾਂ ਕੀ ਉਹ ਲਾਸਾਂ ਜਨਾਬ ਵਾਲਾ ਵਾਹ ਬਹੁਤ ਤੇਜ਼ ਹੈ ਇਸ ਸਾਰੇ ਕੀ ਲਾਣੇ ਆ ਮਸਾਲਾ ਤਾਂ ਇਹ ਤੱਕਣੇ ਉਹ ਸੋ ਨਿੰਬੂ ਨਿਚੋੜਨੇ ਆ ਇਹਨਾਂ ਨੇ ਉੱਪਰ ਤਾਂ ਬਲਕਿ ਇਹ ਨਿੰਬੂ ਇਹਨਾਂ ਨੇ ਪੇਟਾ ਵਿੱਚ ਵੀ ਰੱਖ ਸਾਂ ਨਿੰਬੂ ਉੱਪਰ ਮਲਨੇ ਆ ਤਾਂ ਫਿਰ ਮਸਾਲਾ ਪਾਸਾਂ ਫਿਰ ਮਸਾਲਾ ਜਿਹੜਾ ਨਾ ਪਗੜ ਵੀ ਸਹੀ ਕਰ ਸੀ ਇਸਨੇ ਉੱਪਰ ਸਿਰਾ ਨਹੀਂ ਖੈਰ ਹੈ ਬਾਕੀ ਦਿਸਾਂ ਸਾਰਾ ਕੁਝ ਜਿਹੜਾ ਟੇਸਟ ਉਹ ਸੀ ਹਾਏ 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 ਇਹ ਮਸਾਲਾ ਹੈਂਡਮੇਡ ਜਨਾਬ ਵਾਲਾ ਇੱਧਰ ਇਹ ਤੱਕੋ ਨਾ ਅਗਰ ਕੋਈ ਕੈਮਰਾਮੈਨ ਇਸ ਲੈ ਆਉਣਾ ਨਾ ਤਾਂ ਉਡਰੀ ਉਡਰੀ ਉਸਨੇ ਮੂੰਹ ਜੈਰ ਆਰ ਬਹਰਹਾਲ
ਹੁਣ ਵਾਹ ਐਸੀ ਆ, ਹੁਣ ਵਾਹੂ ਨਾਲ ਮਾੜਾ ਕਿਆ ਜ਼ੋਰ ਹੈ ਜਨਾਬ। ਪਰ ਇਸ ਤਰ੍ਹਾਂ ਕੋਈ ਖੂਬਸੂਰਤ ਹੈ ਮੁਰਗੇ ਪਕਸਣ ਨਾ ਇਨਸ਼ਾਅੱਲਾ ਕਿ ਮਜ਼ਾ ਆ ਜਾਸੀ ਜਨਾਬ। ਯਾਰ ਮੈਂ ਸਾਰੀ ਦਿਹਾੜ ਲਾਈ ਮਸਾਲਾ ਇਹਨਾਂ ਨਾਲ ਪਹਿਲੇ ਤਿਆਰ ਕੀਤਾ ਵਾ ਸਾਰੀ ਰੈਸਪੀ ਦੀ ਜਿਹੜੀ ਹੈ। ਓਏ ਹੋਏ 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 ਮਜ਼ੀਦ ਕੱਟਸ ਨਹੀਂ ਜ਼ਰੂਰਤ ਹੈ। ਫੁੱਲ ਜਨਾਬ ਇਹਨਾਂ ਕਿ ਇਸਲਾ ਮਸਾਲਾ ਲੱਗੀ ਚੁੱਕਿਆ ਵੈ। ਇੱਕ ਵਾਰ ਨਜ਼ਰ ਮਾਰੋ ਹਾਂ ਕਿ ਮਸਾਲਾ ਕੀ ਅਜਿਹਾ ਲੱਗਾ ਵੈ ਤੁਸਾਂ ਸਾਰੇ ਮੁਰਗੇ ਕੀ ਤੱਕੋ ਹਾਂ। ਕਿਤਨੇ ਖੂਬਸੂਰਤ ਅੰਦਾਜ਼ ਹੀ ਜਨਾਬ ਵਾਲਾ ਮਸਾਲਾ ਲਾਇਆ ਵੈ ਔਰ ਇਹਨਾਂ ਕਟਸ ਨੇ ਵਿੱਚ ਸਹੀ ਮਸਾਲਾ ਤਰਸਣਾ ਪਿਆ ਇਸਲੇ। ਤੱਕੋ ਹਾਂ ਕੋਈ ਸ਼ੱਕ ਛੋੜਿਆ ਵੈ ਜਨਾਬ ਇਹਨੇ ਮਸਾਲਾ ਲਾਉਣੇ ਵਿੱਚ। ਨਜ਼ਰ ਮਾਰੋ ਹਾਂ ਜਨਾਬ ਕਿਸ ਤਰ੍ਹਾਂ ਇੱਧਰ ਕੋਲੇ ਤਿਆਰ ਹਨ, ਬਿਲਕੁਲ ਫੁੱਲ ਕੋਲੇ ਤਿਆਰ ਹਨ ਜਨਾਬ ਇਸਲੇ ਸਹੀ ਅੱਗ ਹੈ ਅਤੇ ਇੱਧਰ ਵੀ ਤਿਆਰ ਹੈ ਜਨਾਬ। ਸੂਰਜ ਵੀ ਸਨਸੈਟ ਵੀ ਬਿਲਕੁਲ ਨੇੜੇ ਵੈ ਅਤੇ 40 ਕੁ ਮਿੰਟ ਜਿਹੜਾ ਵੈ ਨਾ ਇਹਨਾਂ ਕਿ ਇਸਨੇ ਵਿੱਚ ਰੱਖਣਾ ਵੈ ਅਸਾਂ ਤੈਅ ਦਾ। ਸਾਡੇ ਮੁਰਗੇ ਵੀ ਤਿਆਰ ਹਨ ਹੁਣ ਜਾਣੇ ਤੇ ਜੀ ਮਾਸ਼ਾਅੱਲਾ। 3-4 ਘੰਟਿਆਂ ਤੋਂ ਬਾਅਦ ਹੁਣ ਇਹ ਮੁਰਗੇ ਚਾਹੀਦੇ ਨੇ। ਇਹ ਦਾ ਇੱਕ ਮੁਰਗਾ ਟਿੱਗ ਗਿਆ। ਵੈਸੇ ਅੱਜ ਮੈਂ 4 ਮੁਰਗੇ ਪਕਾੜ ਸਨ, ਲੇਕਿਨ ਮੈਂ ਕਿਹਾ ਪਹਿਲੇ 9 ਮੁਰਗਿਆਂ ਤਜਰਬਾ ਕਰਾਂ, ਫਿਰ 8-9 ਮੁਰਗਿਆਂ ਨਾਲ ਤਜਰਬਾ ਹੋ ਸੀ ਇਨਸ਼ਾਅੱਲਾ। ਇਹ ਦੋਵੇਂ ਮੁਰਗੇ ਜਨਾਬ ਇੱਕ ਵਾਰ ਨਜ਼ਰ ਮਾਰ ਕੇ ਨੂੰ ਇਹਨਾਂ ਕਿਉਂ ਹੁਣ ਤੇ ਇਸ ਤੋਂ ਬਾਅਦ ਵੀ ਨਜ਼ਰ ਮਾਰ ਕੇ ਨੀ ਲਓ ਜੀ ਜਨਾਬ ਦੋਵੇਂ ਮੁਰਗੇ ਅੱਲਾ ਖੈਰ ਕਰਨ ਤੇ ਆਉਣਾ ਚਾਹੀਦੇ ਨੇ। ਇਹ ਵਿਊਵਰਸ ਨਜ਼ਰ ਮਾਰੀ ਨੋਈ ਨੀ ਲਿਖੜੀ ਵੀ ਆ ਨਾ। ਇਹ ਨਜ਼ਰ ਮਾਰੋ ਹਾਂ ਜਨਾਬ ਦੋਵੇਂ ਮੁਰਗੇ ਕਹਿੰਦੀ ਕੀ ਮਾਸ਼ਾਅੱਲਾ ਜੀ ਹੁਣ ਇਹ ਤੱਕਣੇ ਉਹ ਸੋ ਇਹ ਤਾਂ ਢੱਕਣਾ ਗਿਆ ਟੀਕੀ ਹੁਣ ਅੱਲਾ ਖੈਰ ਕਰਨ ਢੱਕਣਾ ਛੋੜਿਆ ਰੱਖੀ ਤੇ ਇਹ ਤਾਂ ਸਾਰਾ ਤੱਕਣੇ ਉਹ ਸੋ ਗਾਰਾ ਤੱਕਣੇ ਉਸ ਗਾਰਾ ਲਾਸਾ ਜਨਾਬ ਕਿਸਨੇ ਅੱਗੇ ਪਿੱਛੇ ਸਾਰਾ ਤਾਂ ਕਿ ਇਸੀ ਜਿਹੜੀ ਹੈ ਨਾ ਸਟੀਮ ਉਹ ਨਾ ਜ਼ਾਇਆ ਆਵੇ। ਇਸੀ 4 ਚੁਫੇਰੀ ਚਿੱਕੜ ਮਾਰੀ ਕੇ ਨਾ ਗਾਰਾ ਬਣਾਈ ਕੇ ਤੇ ਬੰਦ ਕਰ ਛੋੜਿਆ ਕਿ ਕੁਦਰੂ ਇਸਨੀ ਜਿਹੜੀ ਸਟੀਮ ਹੈ ਨਾ ਉਹ ਜ਼ਾਇਆ ਨਾ ਹੋਵੇ ਤਾਂ ਕਿ ਅਸਾਂ ਜਲਦੀ ਜਲਦੀ ਇਸੀ ਪਕਾਈ ਸਕਾਂ ਔਰ ਤੱਕਣੇ ਉਸ ਤੋਂ ਸਨਸੈਟ ਬਿਲਕੁਲ ਨੇੜੇ ਲੱਗੇ ਆ ਸੂਰਜ। ਖੁਆਇਸ਼ ਤਾਂ ਮਾੜੀ ਇਹ ਸੀ ਕਿ ਹੈਸਲਾ ਮੁਰਗੇ ਤਿਆਰ ਆਉਣ ਦਾ ਅਸਾਂ ਖਾਣੇ ਆਵਾਂ ਤਾਂ ਸੂਰਜ ਲੈਣਾ ਹੋਵੇ, ਲੇਕਿਨ ਜ਼ਰੂਰੀ ਨਹੀਂ ਕਿ ਹਮੇਸ਼ਾ ਜੋ ਸਾਨੂੰ ਖੁਆਇਸ਼ ਹੋਵੇ ਤਾਂ ਉਸਨੇ ਮੁਤਾਬਕ ਹੀ ਸਾਰੀਆਂ ਚੀਜ਼ਾਂ ਆਉਣ, ਕਦੇ ਕਦੇ ਉਹਨਾਂ ਤੋਂ ਅੱਗੇ ਹੋ ਜਾਣੀਆਂ ਚੀਜ਼ਾਂ। ਬਹਰਹਾਲ ਜਿਸ ਤਰ੍ਹਾਂ ਵੀ ਅੱਲਾ ਕੀ ਮਨਜ਼ੂਰ ਹੈ ਮੈਂ ਖੁਸ਼ ਹਾਂ ਤੇ ਇਹ ਹੁਣ ਤੁਸੀਂ ਵੇਟ ਕਰਨੇ
ਵੇਟ ਕਰਨਾ, ਅਸਾਂ ਚਾਹ ਬਣਾਈ ਕਿ ਨਾ ਤਾਂ ਚਾਹ ਪੀਣੀ ਆ, ਇਤਨੀ ਦੇਰ ਆ, ਸਨਸੈਟ ਵੀ ਹੋ ਸੀ ਤੇ ਮੁਰਗੇ ਵੀ ਸਾਲੇ, ਬਸ ਇਹਨਾਂ ਕੀ ਟੋਟਲ 40 ਮਿੰਟ ਆ ਜਾਂਦੇ ਸੀ। ਇੱਧਰ ਤੱਕ ਉਹ ਹੰਗਾਰਿਆਂ ਨੇ ਅੰਦਰ ਵੀ ਚਾਹ ਵੀ ਪੱਕਣ ਲੱਗੀ ਵੀ ਆ ਸਾਡੀ, ਬਸ ਵਾਲੀ ਅਛਣੇ ਲਈ ਐਸ ਤੇ ਇੱਥੋਂ ਵੀ ਇੱਕ ਵਾਰ ਸਨਸੈਟ ਨਾਲ ਜਨਾਬ ਵਾਲਾ ਨਜ਼ਾਰਾ ਕਰੋ। ਹਾਂ ਤੱਕੋ, ਹਾਂ ਸਿਰ ਸ਼ੀਸ਼ਾ ਥੋੜਾ ਗੰਦਾ ਲੇਕਿਨ ਕਲੀਅਰ ਸਨਸੈਟ ਇਸਨੇ ਬਰਾਬਰ ਇਸਲੇ ਜਾਣ ਲੱਗੇ ਆ। ਮਾਸ਼ਾਅੱਲਾ ਜੀ, ਪਈ ਤਾਂ ਸ਼ਾਮ ਗਈ ਹੈ ਲੇਕਿਨ ਬਹੁਤ ਹੀ ਬਿਹਤਰੀਨ ਅੰਦਾਜ਼ ਵਿੱਚ, ਟਰੇ ਤੱਕਣੇ ਉਸੋ ਬਹੁਤ ਖੂਬਸੂਰਤ ਅੰਦਾਜ਼ ਵਿੱਚ, ਥੱਲੇ ਚਾਵਲ ਆਈ ਗਏ ਛੋਲਿਆਂ ਵਾਲੇ, ਸਾਡੇ ਪਰ ਸਲਾਦ ਸਾਰਾ ਆਈ ਗਿਆ, ਇਹਨਾਂ ਨੇ ਉੱਪਰ ਜਨਾਬ ਵਾਲਾ ਮੁਰਗੇ ਟਿਕ ਸਨ, ਹੁਣ ਅੱਲਾ ਖੈਰ ਕੀਤੀ ਤੇ ਇਹ ਤਾਂ ਹੁਣ ਮੁਰਗਿਆਂ ਦਾ ਖੋਲਦੇ ਆ, ਅੱਲਾ ਪਾ ਖੈਰ ਕਰਨ। ਬਾਈ ਕੀ ਅਜੇ ਦਮ ਪੁਖਤ ਹੋਏ ਜਨਾਬ, ਤੇ ਚੈੱਕ ਕਰਾਣੇ ਆ ਤੁਸੀਂ। ਚਲੋ ਜੀ, ਅੱਲਾ ਯਾਦ ਕਰੀ ਚਾਣੇ ਆ। ਹਾਂ, ਆਰਾਮ ਨਾਲ ਚਿੱਕਣ। ਆਪਣੇ ਪਿਆਰਿਆਂ ਕੀ ਇਸ ਐਪ ਨੇ ਥਰੂ ਘਰ ਬੈਠੇ ਹੋ ਜਨਾਬੇ ਵਾਲਾ ਪੈਸੇ ਸੈਂਡ ਕਰੀ ਸਕਦੇ ਹੋ, ਔਰ ਅਗਰ ਤੁਸੀਂ ਵਾਲਾ ਪ੍ਰੋਮੋ ਕੋਡ ਯੂਜ਼ ਕਰ ਸੋ ਕਸ਼ਮੀਰ ਟੀਵੀ ਨੇ ਨਾ ਦੂ ਤਾਂ ਤੁਸਾਂ ਕੀ 10 ਪਾਉਂਡ ਫ੍ਰੀ ਲੱਭ ਸਣ ਜਨਾਬੇ ਵਾਲਾ। ਇੱਕ ਵਾਰ ਨਜ਼ਰ ਮਾਰੋ। ਹਾਂ, ਓਏ ਹੋਏ ਹੋਏ ਹੋਏ, ਆਖਰੀ ਲੈਵਲ ਜਨਾਬ, ਆਖਰੀ ਲੈਵਲ ਨੇ ਮੁਰਗੇ ਅੱਜ ਬਣਾਏ ਨੇ ਅਸਾਂ, ਹੁਣ ਇਹਨੇ ਬਾਹਰ ਕੱਢਣੇ ਆ, ਦੱਸੋ ਕੀ ਚੈੱਕ ਕਰਾਉਣੇ ਆ ਜਨਾਬ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਮਾਸ਼ਾਅੱਲਾ, ਚੈੱਕ ਕਰੋ। ਹਾਂ ਜਨਾਬ, ਟ੍ਰੇਨ ਕੋਲ ਜੋਲੋ ਜੀ, ਇਹ ਤੱਕੋ ਜੀ ਪੂਰੇ ਮੁਰਗੇ ਕਿਸ ਤਰ੍ਹਾਂ ਤਿਆਰ ਕਰਦੇ ਨੇ, ਇਹ ਹੁਣ ਅੱਪਰ ਜੁਲਸਣ ਤਾਂ ਪਤਾ ਲੱਗ ਸੀ ਕਿ ਕੀ ਆ ਜੇ, ਹੁਣ ਇਹਨੀ ਕੋਸ਼ਿਸ਼ ਕਰਨੇ ਆ ਚਾਹੀ ਕਿ ਨਾ ਤੈ ਰੱਖਣੇ ਨਹੀਂ ਜੇ ਇਹ ਭੱਜਣ ਨਾ। ਮੁਰਗਾ ਖਾਣਾ ਐਡਾ ਸੌਖੀ ਗੱਲ ਨੀ। ਓਏ ਹੋਏ ਹੋਏ ਹੋਏ, ਮਾਸ਼ਾਅੱਲਾ ਜੀ, ਮਾਸ਼ਾਅੱਲਾ, ਹੁਣ ਨਜ਼ਰ ਮਾਰੋ। ਹਾਂ, ਟਰੇ ਤੇ ਮੁਰਗੇ ਕੀ ਅਜੇ ਨਜ਼ਰ ਆਈ ਰਹੇ ਜਨਾਬ, ਇਹ ਹੁਣ ਜੁਲਸਾਂ ਤੇ ਗਰਮਾ ਗਰਮ ਖਾਸਾ ਦਾ ਜਨਾਬ ਵਾਲਾ, ਤੁਸੀਂ ਤਾਂ ਪਤਾ ਲੱਗ ਸੀ ਇਸ ਤਰ੍ਹਾਂ ਨਹੀਂ। ਆਓ ਤੁਸੀਂ ਕਿ ਟੇਬਲਾਂ ਨੇ ਉੱਪਰ ਜੁਲੀ ਗਿਆ ਤੇ ਜਨਾਬ ਚੈੱਕ ਕਰਾਉਣੇ ਆ ਕਿ ਇਹ ਕੀ ਹੈ ਜੇ ਪੱਕੇ। ਮਾਸ਼ਾਅੱਲਾ ਜੀ, ਤੱਕੋ ਹਾਂ, ਇਹ ਕਾਸਦ ਬਾਈ ਮੈਂ ਕੀ ਤੋਹਫਾ ਦਿੱਤਾ ਸੀ, ਬੱਤੀ ਤਾਂ ਜੀ ਸਰੋਣਕ ਲਾਈ ਹੈ, ਇਹ ਚਿਕਨ ਦਾ ਅੰਦਾਜ਼ਾ ਸੋ ਕਿ ਖੁਦ ਹੋਈ ਜਾ ਸੀ ਜਨਾਬ ਕਿ ਕਿਤਨਾ ਸੋਹਣਾ ਪੱਕਿਆ ਔਰ ਕਿਤਨਾ ਸੋਹਣਾ ਨਹੀਂ ਪੱਕਿਆ, ਇਹ ਤੱਕੀ ਸਕਣੇ ਹੋ ਜਨਾਬ ਕਿ ਕਿਸ ਤਰ੍ਹਾਂ ਬੋਟੀ ਜਿਹੜੀ ਹੈ ਨਾ ਬਿਲਕੁਲ ਕਿਰੀ ਗਈ ਆ ਆਪਣੀ ਮਰਜ਼ੀ ਦੇ ਨਾਲ। ਇਸ ਤਰ੍ਹਾਂ ਜਿੱਧਰੋਂ ਛਿਕਸਾਂ ਜਨਾਬ ਵਾਲਾ ਨਾ, ਇੱਧਰ ਇਹ ਨਜ਼ਰ ਮਾਰੋ। ਓਏ ਹੋਏ 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 ਹੋਏ, ਮਾਸ਼ਾਅੱਲਾ ਜੀ, ਹੁਣ ਅੱਲਾ ਨੇ ਫਜ਼ਲੋ ਕਰਮ ਨਾਲ ਸਾਰੇ ਸ਼ੁਰੂ ਕਰਨੇ ਆ ਤੇ ਕਿਆ ਨੇ ਮਾਊ ਸਾਹਿਬ ਕੈਸਾ ਬਣਤਾ, ਚੈੱਕ ਤਾਂ ਕਰੋ ਨਾ ਪਹਿਲੇ। ਇਹ ਮੁਰਗਾ ਜਿਹਾ ਉਰੇ ਕਰਨਾ ਜੀ, ਮਾਰੇ ਹੱਥ ਪਾ ਜਾਏਗਾ ਪੂਰਾ ਹੀ ਦਿਖਾ ਜੀ, ਕਿਆ ਕਰਦੇ ਹੋਵੇ ਨਾ ਨਾ ਜੀ, ਇੱਕ ਵਾਰ ਚੈੱਕ ਕਰੋ। ਮਾਸ਼ਾਅੱਲਾ, ਥੋੜ੍ਹੇ ਜਿਹੇ ਲੇਟ ਹੋਈ ਗਈਆਂ ਲੇਕਿਨ ਅੱਲਾ ਪਾਕ ਉਸਨਾਂ ਅਜਰ ਅਸੀਂ ਚਾਹੀ ਦਿੱਤਾ ਕਿ ਇਤਨਾ ਸੋਹਣਾ ਮੁਰਗਾ ਪੱਕਿਆ ਨਾ, ਭੋਰੀ ਕਿ ਬੋਟੀ ਆਈਆਂ ਛਿਕਣੇ ਜਾਓ। ਇਹ ਮਜ਼ਾ ਨਾਲ ਚਾਵਲ ਨਾਲ ਸਲਾਦ, ਓਏ ਹੋਏ ਹੋਏ, ਨਾਲ ਇਹ ਚਰਗਾ
ਇਹ ਮਗਲਾ ਡੈਮ ਜਾਂ ਰੌਣਕਾਂ ਜੀ ਮੰਨਿਆ ਤੰਦੂਰਾਂ 'ਚ ਪੱਕਿਆ ਆਪ ਚਾਵਲ ਵੀ ਖਾਓ ਨਾ ਜੀ ਸਾਡੇ ਮਜ਼ਾ ਆਇਆ ਕੋਈ ਮੈਂ ਪਤਾ ਕਿਤੇ ਪਕਾਉ ਸਾਲ ਹੈ ਪੰਜ ਉਸ ਤੋਂ ਬੰਦੇ ਵੀ ਜ਼ਿਆਦਾ ਚਾਹੀਦੇ ਮੁਰਗਾ ਤਾਂ ਮਾਸ਼ਾਅੱਲਾ ਪੱਕੇ ਸੋਹਣਾ ਔਰ ਉਸ ਤੋਂ ਬੜਾ ਸਕੂਨ ਆ ਤਕੋ ਇੰਜੀਨੀਅਰ ਸਾਹਿਬ ਵਿਕਾਸ ਸਾਹਿਬ ਬਗੜੂ ਸਾਹਿਬ ਸਾਰੇ ਜਨਾਬ ਵਾਲਾ ਮਾਸ਼ਾਅੱਲਾ ਸਾਡੇ ਵਾਲਦ ਸਾਹਿਬ ਉਹ ਵੀ ਨਾਲ ਸਾਡੇ ਸਭ ਤੋਂ ਬੜੀ ਜ਼ਿੰਦਗੀ ਦੀ ਰੌਣਕ ਹੈ ਮੁਖਲਸ ਦੋਸਤ ਔਰ ਭਰਾ ਨਾਲ ਇਹ ਚੀਜ਼ਾਂ ਜਿਹੜੀਆਂ ਔਰ ਇਹ ਪੁਰਸਕੂਨ ਮੰਜ਼ਰ ਔਰ ਤੁਸਾਂ ਜੇ ਪਿਆਰੇ ਜਨਾਬ ਵਾਲਾ ਵਿਊਵਰਸ ਮੈਂ ਨਾ ਸਕੂਨ ਜਿਹੜਾ ਨੇ ਡਬਲ ਤ੍ਰਿਪਲ ਹੋਈ ਗਿਆ ਅੱਜ ਬੜਾ ਜ਼ਬਰਦਸਤ ਖਾਧਾ ਪੀਤਾ ਹੁਣ ਜਨਾਬ ਵਾਲਾ ਚਾਹ ਵੀ ਆਈ ਕੀ ਹੈ ਚਾਹ ਵੀ ਅਸਾਂ ਸਾਰੇ ਪੀਸਾਂ ਦੀ ਚਾਹ ਕੋਲ ਇਹਦਾ ਜਨਾਬ ਨਜ਼ਰ ਮਾਰੋ ਹਾਂ ਤਾਜ਼ਾ ਤਾਜ਼ਾ ਗਰਮਾ ਗਰਮ ਪਿਓਰ ਦੇਸੀ ਦੁੱਧ ਹੈ ਨਹੀਂ ਚਾਹ ਹੈ ਜਨਾਬ ਇਹ ਡੱਬਿਆਂ ਲਈ ਨਾ ਸਮਝੇ ਹੁਣ ਪੀਸਾਂ ਤਾਂ ਇੰਜੋਏ ਕਰਸਾਂ ਤਾਂ ਅੱਜ ਨਾ ਵਲੋਗ ਜਨਾਬ ਤੁਸੀਂ ਕੀ ਅਜਿਹਾ ਲੱਗਾ ਜ਼ਰੂਰ ਦੱਸਿਆ ਬੜੀ ਮਿਹਨਤ ਕੀਤੀ ਹੈ ਮਾੜੀ ਖੁਆਇਸ਼ ਸੀ ਹੁਣ ਬੱਕਰੇ ਲਈ ਖੁਆਇਸ਼ ਰਹੀ ਗਈ ਹੈ ਇਨਸ਼ਾਅੱਲਾ ਇੱਕ ਵਾਰ ਬੱਕਰਾ ਇੱਥੇ ਪਕਾਉਣਾ ਉਹ ਵੀ ਤੁਸੀਂ ਕੀ ਦੱਸਣਾ ਗਾਰ ਡੁੱਬਣੇ ਤੋਂ ਪਹਿਲੇ ਪਹਿਲੇ ਅੱਲਾ ਸੁਣਨ ਵਾਲਾ ਹੈ ਆਪਣੀ ਦੁਆਮ ਯਾਦ ਰੱਖੇ ਅਸਾਂ ਹਾਲੇ ਥੋੜ੍ਹੀ ਦੇਰ ਹੋਰ ਬੇਸਾਂ ਚਾਸ਼ਾ ਚਲਸੀ ਜਨਾਬ ਤਾਂ ਠੰਡੀ ਠੰਡੀ ਵਾਲ ਵਾਸਾਂ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ।